जिला कपूरथला के शहर फगवाड़ा के महला रतनपुरा विखे स्थित प्राचीन शिव मंदिर के कमेटी प्रधान मंदिर के पुजारी नूं एक धमकी पत्र भरिया पत्र मिलिया। जिक्रयोग है कि यह भावें कि हिंदी दे विच लिखा होया पर यह पत्र बबर खालसा वालों भेजा गया दस्या जा रहा है। तो चिट्ठी विच यह भी बकायदा लिखा गया कि पत्र भेजन वाले वालों गोलियां मार के कतल कर देने की गल भी गलबात भी आखी गई है। तो उधर पुलिस द्वारा मामले की जांच पड़ताल की जा रही है। ਸਾਨੂੰ ਇੱਕ ਸ਼ਨੀਵਾਰ ਲੈਟਰ ਆਇਆ ਸੀ ਅਤੇ ਉਹਦੇ ਸੰਬੰਧ ਵਿੱਚ ਅਸੀਂ ਐਸ ਪੀ ਸਾਹਿਬ ਨੂੰ ਮਿਲਣ ਆਏ ਸੀ ਕਿ ਉਹਨਾਂ ਨੂੰ ਜੋ ਲੈਟਰ ਚਾਹਿਆ ਉਹਨਾਂ ਨੂੰ ਦਿਖਾ ਦਿੱਤਾ ਜੀ ਅਤੇ ਜੋ ਧਮਕੀ ਆਈ ਉਹਦੇ ਬਾਰੇ ਦੱਸ ਦਿੱਤਾ ਜੀ। ਕੀ ਲੈਟਰ 'ਤੇ ਕੀ ਧਮਕੀ ਲਿਖਿਆ? ਲੈਟਰ ਧਮਕੀ ਆਈ ਹੈ ਕਿ ਸਪੀਕਰ ਬੰਦ ਕਰ ਦਿੱਤੇ ਜਾਣ ਨਹੀਂ ਤਾਂ ਪ੍ਰਧਾਨ ਨੂੰ ਅਤੇ ਪੁਜਾਰੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਏ। ਕਿਹੜੀ ਇਹਦਾ ਮੰਦਰ ਹੈ? ਇਹ ਮੰਦਰ ਹੈਗਾ ਜੀ ਰਤਨਪੁਰਾ ਸ਼ਿਵ ਮੰਦਿਰ ਨਿਊ ਮਾਰਕੀਟ। ਕਿੰਨੀ ਕੁ ਦੇਰ ਪੁਰਾਣਾ ਮੰਦਰ ਹੈ? ਇਹ ਸਾਡਾ ਮੰਦਰ 40-45 ਸਾਲ ਪੁਰਾਣਾ ਮੰਦਰ ਹੈ। ਅਸੀਂ ਪ੍ਰਸ਼ਾਸਨ ਨੂੰ ਸਾਰਾ ਦੱਸਤਾ, ਐਸ ਐਸ ਓ ਸਾਹਿਬ ਨੂੰ ਵੀ ਅਸੀਂ ਗਏ ਸੀ ਮਿਲਣ, ਉਹ ਮਿਲੇ ਨਹੀਂ। ਐਸ ਪੀ ਸਾਹਿਬ ਨੂੰ ਦੱਸਤਾ, ਉਹ ਕਹਿੰਦੇ ਜੋ ਬੰਦੀ ਕਰ ਰਹੇ ਸੀ। ਇਹ ਨਾ ਸਾਨੂੰ ਇੱਕ ਕੰਪਲੇਂਟ ਮਿਲੀ ਸੀ ਯੋਗੇਸ਼ ਸ਼ਰਮਾ ਜੀ ਇੱਥੇ ਜੋ ਮੰਦਿਰ ਦੇ ਪੁਜਾਰੀ ਆ, ਇਹਨਾਂ ਨੂੰ ਕਿਸੇ ਨੇ ਕੋਈ ਗੁੰਮਨਾਮ ਚਿੱਠੀ ਲੈ ਕੇ ਪੋਸਟ ਕੀਤੀ ਆ ਕਿ ਮੰਦਿਰ ਦੇ ਜਿਹੜੇ ਸਪੀਕਰ ਆ ਉਹ ਬਾਹਰ ਵਾਲੇ ਬੰਦ ਕੀਤੇ ਜਾਣ, ਨਹੀਂ ਤਾਂ ਪੰਡਤ ਨੂੰ ਕੋਈ ਨਾ ਕੋਈ ਨੁਕਸਾਨ ਪਹੁੰਚਾ ਸਕਦੇ ਹਾਂ ਅਸੀਂ। ਜਿਸ ਸੰਬੰਧ 'ਚ ਅਸੀਂ ਆਏ ਹਾਂ ਇੱਥੇ ਚੈੱਕ ਕੀਤਾ ਆ, ਮੰਦਿਰ ਦੇ ਕੈਮਰੇ ਵਗੈਰਾ ਸਾਰੇ ਲੱਗੇ ਹੋਏ ਆ। ਹੋ ਸਕਦਾ ਕੋਈ ਮਾਹੌਲ ਖਰਾਬ ਕਰਨ ਦਾ ਪੰਜਾਬ ਦਾ ਉਸ ਮੰਤਵ ਦੇ ਨਾਲ ਹੀ ਚਿੱਠੀ ਭੇਜੀ ਹੋਵੇ, ਪਰ ਫਿਰ ਵੀ ਅਸੀਂ ਇਸ ਨੂੰ ਸੀਰੀਅਸ ਲੈ ਰਹੇ ਹਾਂ ਅਤੇ ਇੱਥੇ ਪੀ ਸੀ ਆਰ ਵੀ ਅਸੀਂ ਲਗਾ ਦਿੱਤੀ ਹੈ ਇੱਕ।